प्यारे बच्चों आप जीदा इस चैनल ते स्वागत है पंजाबी ate angrezi nal sambandhit naviyan videos dekhn vaste is channel nu subscribe karo aaj assi 12vi jamat de punjab de rasm riwaaz lekh padange jo ki sardar guljar singh sandhu ji da likhya hoya hai is vich ohna ne manukh de jeevan nal sambandhit ਸਾਰੇ ਰਸਮ ਰਿਵਾਜਾਂ ਦਾ ਵਰਣਨ ਕੀਤਾ ਹੈ ਰਸਮ ਰਿਵਾਜ ਰੋ ਰੀਤਾ ਜਾਂ ਸੰਸਕਾਰ ਪਾਈਚਾਰਕ ਜੀਵਾਂ ਦੇ ਮਨਾਂ ਦੇ ਸਿੱਕਾ ਸਦਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ ਪਾਈਚਾਰਕ ਜੀਵਾਂ ਦੇ ਜਨਮ ਮਰਨ ਤੇ ਵਿਆਹ ਸ਼ਾਦੀ ਦੇ ਮੌਕੇ ਉੱਤੇ ਇਹਨਾਂ ਦੇ ਅਸਲੀ ਰੂਪ ਨੂੰ ਦੇਖਿਆ ਜਾ ਸਕਦਾ ਹੈ ਇਹ ਸੰਸਕਾਰ ਕਿਵੇਂ ਉਪਜੇ ਇਹ ਇੱਕ ਬੜਾ ਦਿਲਚਸਪ ਵਿਸ਼ਾ ਹੈ ਮਨੁੱਖ ਨੂੰ ਦੇਵੀ ਤਾਕਤਾਂ ਦਾ ਭੈ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਉਨ ਕਰਕੇ ਹੀ ਹੋਇਆ ਕੁਝ ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਮਨੁ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ ਪਰ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਜੇ ਹੋਏ ਸਨ ਇਨਾਂ ਦੀ ਮਰਿਆਦਾ ਵਿੱਚ ਵੱਜੇ ਸਾਡੇ ਵਡੇਰੇ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਛੱਡ ਦਿੰਦੇ ਸਨ ਹੁਣ ਇਹਨਾਂ ਵਿੱਚੋਂ ਬਹੁਤ ਸਾਰੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਅਲੋਪ ਹੁੰਦੇ ਜਾਂਦੇ ਹਨ ਸਾਡੇ ਬਹੁਤੇ ਸੰਸਕਾਰ ਅਗਨੀ ਪਾਣੀ ਲੋਹਾ ਅਨਾਜ ਅਦਰੁਖਾਂ ਦੀਆਂ ਟਹਿਣੀਆਂ ਨਾਲ ਨਿਪਰੇ ਚੜੇ ਜਾਂਦੇ ਹਨ ਅਗਨੀ ਚਾਨਣ ਦਾ ਚਿੰਨ ਹੈ ਪਾਣੀ ਸ਼ੁੱਧਤਾ ਦਾ ਲੋਹਾ ਬਚਾਓ ਦਾ ਅਨਾਜ ਚੜਾਵੇ ਦਾ ਅਤੇ ਬਿਰਜਤੀ ਟੇਣੀ ਜਾਂ ਹਰਾ ਕਾ ਜਿਸ ਨੂੰ ਦੁੱਬ ਵੀ ਕਹਿੰਦੇ ਹਨ ਚੰਗੇ ਸ਼ਗਨਾਂ ਦਾ ਸੂਚਕ ਹੈ ਬੱਚਿਓ ਮਨੁੱਖ ਜਿਸ ਤਰ੍ਹਾਂ ਹੀ ਪੈਦਾ ਹੁੰਦਾ ਹੈ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਰਸਮ ਰਿਵਾਜ ਸ਼ੁਰੂ ਹੋ ਜਾਂਦੇ ਹਨ ਇਹਨਾਂ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਨ ਇਸ ਪਾਠ ਵਿੱਚ ਦੇਖਾਂਗੇ ਸਭ ਤੋਂ ਪਹਿਲਾਂ ਹੈ ਜਨਮ ਨਾਲ ਸੰਬੰਧਿਤ ਸੰਸਕਾਰ ਉਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਗਰਭ ਸੰਸਕਾਰ ਪ੍ਰੇਤ ਰੂਹਾਂ ਤੋਂ ਬਚਨ ਲਈ ਗਰਭ ਦੇ ਤੀਜੇ ਪੰਜਵੇਂ ਤੇ ਸੱਤਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨਿਆ ਜਾਂ ਪੱਲੇ ਪਾਇਆ ਜਾਂਦਾ ਹੈ ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਹਨ ਉਹ ਇਸ ਨੂੰ ਰਿੰਨ ਕੇ ਖਾਂਦੀ ਹੈ ਤੇ ਭਾਈਚਾਰੇ ਵਿੱਚ ਵੰਡਦੀ ਹੈ। ਵਧੇਰੇ ਕਰਕੇ ਪਹਿਲਾ ਬੱਚੇ ਦੇ ਜਨਮ ਉਸਦੇ ਨਾਨਕੇ ਪਿੰਡ ਹੁੰਦੇ ਸੀ। ਇਸ ਸੂਰਤ ਵਿੱਚ ਇਹ ਰਸਮ ਰਿਵਾਜ ਪਹਿਲੇ ਦੋਵੇਂ ਪਤੀ ਪਤਨੀ ਪਤਨੀ ਦੇ ਸਹੁਰਿਆਂ ਵੱਲੋਂ ਕੱਲੇ ਹੋਏ ਕੱਪੜੇ ਪਾ ਕੇ ਜਠੇਰਿਆਂ ਦੀ ਪੂਜਾ ਕਰਕੇ ਕੀਤੇ ਜਾਂਦੇ ਸਨ। ਜਨੇਪੇ ਤੋਂ ਪਿੱਛੋਂ ਬੱਚਾ ਤੇ ਜੱਚਾ ਦੋਹਾਂ ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ ਜਿਹੜਾ 10 ਦਿਨ ਨਿਰੰਤਰ ਜਗਦਾ ਰਹਿੰਦਾ ਸੀ ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਬੰਦੇ ਵਧਾਈਆਂ ਦੇਣ ਆਉਂਦੇ ਸਨ ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਗੁੜ ਮਿਸ਼ਰੀ ਜਾਂ ਪਟਾਕੇ ਵੰਡੇ ਜਾਂਦੇ ਸਨ ਇਹ ਰੀਤਾਂ ਤਾਂ ਬਹੁਤ ਸਮੇਂ ਤੋਂ ਚਲਦੀਆਂ ਆ ਰਹੀਆਂ ਹਨ ਜਨਮ ਤੋਂ ਪਿੱਛੋਂ ਗੁੜਤੀ ਦੀ ਰਸਮ ਮਹੱਤਵਪੂਰਨ ਸਮਝੀ ਜਾਂਦੀ ਹੈ ਬੱਚੇ ਨੂੰ ਦਿੱਤੀ ਗੁੜਤੀ ਜਾਂ ਬੱਚੇ ਦੇ ਸੁਭਾਅ ਉੱਤੇ ਡੂੰਘਾ ਅਸਰ ਹੁੰਦਾ ਮੰਨਿਆ ਜਾਂਦਾ ਹੈ ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿੱਚ ਧਾਰ ਲੈਂਦੀਆਂ ਹਨ ਕਿ ਕਿਸ ਤੋਂ ਗੁੜਤੀ ਦਵਾਈ ਜਾਣੀ ਹੈ ਗੁੜਤੀ ਮਿਸ਼ਰੀ ਦੀ ਡਲੀ ਜਾਂ ਬੇਡ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ ਗੁੜ ਤੇ ਦੇਣ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁਗਾਉਂਦੀ ਜਨੇਪੇ ਤੋਂ 5 ਦਿਨੋਂ ਪਿਛੋਂ 5ਵਾਂ ਨਹਾਉਣ ਦੀ ਰੀਤ ਕੀਤੀ ਜਾਂਦੀ ਹੈ ਇਸ ਦਿਨ ਦਾਈ ਪਾਣੀ ਵਿੱਚ ਸੈਂਜੀ ਮੇਥੀ ਜੁਵੈਣ ਤੇ ਪੱਤੇ ਉਬਾਲ ਕੇ ਉਸ ਨੂੰ ਨਹਾਉਂਦੀ ਹੈ ਤੇ ਨਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਗਦੀ ਰੱਖ ਦਿੰਦੀ ਹੈ ਜੋ ਮਗਰੋਂ ਉਸੇ ਨੂੰ ਹੀ ਦੇ ਦਿੱਤੀ ਜਾਂਦੀ ਹੈ ਛੇਵੇਂ ਦਿਨ ਛੱਟੀ ਦੀ ਰਸਮ ਹੁੰਦੀ ਹੈ ਇਸ ਸੰਸਾਰ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਵਾਈ ਜਾਂਦੀ ਹੈ ਇਸ ਵੇਲੇ ਮਾਂ ਵਿੱਚ ਵਿਸ਼ਵਾਸ ਅਧਿਨ ਰੱਜ ਕੇ ਖਾਂਦੀ ਹੈ ਕਿ ਉਹ ਨੀਤ ਭਰ ਕੇ ਖਾਏਗੀ ਤਾਂ ਉਹ ਬੱਚੇ ਦੀ ਨੀਤ ਵੀ ਭਰੀ ਹੋਈ ਰਹੇਗੀ 13ਵੇਂ ਦਿਨ ਬਾਹਰ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ ਮੁੰਡਾ ਹੋਵੇ ਤਾਂ ਇਸੇ ਦਿਨ ਸਾਰੇ ਲਾਗੀ ਤੋਹਫੇ ਲੈ ਕੇ ਆਉਂਦੇ ਹਨ ਮਹਿਰਾ ਮੌਲੀ ਅਤੇ ਸ੍ਰੀਂਹ ਦੇ ਪੱਤਿਆਂ ਦਾ ਸੇਰਾ ਤਰਖਾਨ ਗੁੱਲੀ ਡੰਡਾ ਮੋਚੀ ਮੰਝੇ কুমਿਹਾਰ ਨਹਾਉਣ ਵਾਲਾ ਦੌਰਾ ਜਾਂ ਛੱਜਰ ਤੇ ਦਾਈ ਬੱਚੇ ਵਾਸਤੇ ਤੜਾਕੀ ਲੈ ਕੇ ਆਉਂਦੀ ਹੈ ਇਹਨਾਂ ਤੋਹਫਿਆਂ ਤੇ ਵਧਾਈਆਂ ਦੇ ਬਦਲੇ ਉਹਨਾਂ ਨੂੰ ਬਣ ਦਾ ਸਰ ਦਾ ਲਾਗ ਦਿੱਤਾ ਜਾਂਦਾ ਹੈ ਇਹ ਪਹਿਲਾਂ ਬਹੁਤ ਰਿਵਾਜ ਮੰਨੇ ਜਾਂਦੇ ਸਨ ਅੱਜ ਕੱਲ ਇਹਨਾਂ ਦੇ ਵਿੱਚ ਥੋੜੀ ਜਹੀ ਬਦਲਾਅ ਆ ਗਿਆ ਹੈ ਸ਼ਾਮ ਨੂੰ ਬੱਚੇ ਦੀ ਮਾਂ ਜਨੇਪੇ ਤੋਂ ਮਗਰੋਂ ਪਹਿਲੀ ਵਾਰ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਬਾਹਰੋਂ ਹਰਾ ਘਾਹ ਪੁੱਟ ਕੇ ਲਿਆਉਂਦੀ ਹੈ ਤੇ ਉਸ ਨੂੰ ਆਪਣੇ ਸਹਰਾਣੇ ਰੱਖ ਲੈਂਦੀ ਹੈ ਇਹ ਕਾ ਉਸ ਦੀ ਰਾਖੀ ਕਰਦਾ ਸਮਝਿਆ ਜਾਂਦਾ ਹੈ ਮੁੰਡਾ ਹੋਵੇ ਤਾਂ ਕਈ ਥਾਈਂ ਕਈ ਦਿਹਾੜੇ ਦਾਦਕਿਆਂ ਨੂੰ 나ਈ ਦੇ ਹੱਥ ਦੁੱਭ ਥੰਮੀ ਗੁੜ ਦੀ ਡਲੀ ਭੇਜਦੇ ਹਨ ਤੇ ਕੁਝ ਸ਼ਗਨ ਬਾਕੀ ਅੰਗਾ ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ ਦਾਦ ਕੇ ਅੱਗੋਂ ਪਹਿਲੀ ਦੇ ਬਦਲੇ ਆਪਣੀ ਨੂੰ ਲਈ ਗਹਿਣੇ ਕੱਪੜੇ ਅਤੇ ਨਾਈ ਦੇ ਦਾਈ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਉਹਰ ਆਦੀ ਕਰਦੇ ਹਨ ਉੰਜ ਪਹਿਲੀ ਪਹੁੰਚ ਜਾਂਦੇ ਮੁੰਡੇ ਦੇ ਨਾਨਕਿਆਂ ਵੱਲੋਂ ਛੋਛਕਾ ਭੇਜਣ ਦਾ ਰਿਵਾਜ ਹੈ ਮੁੰਡੇ ਦੇ ਜਨਮ ਤੋਂ ਮਗਰੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ ਕੁੜੀਆਂ ਪਹਿਲੀ ਮੰਗ ਕੇ ਖਾਂਦੇ ਹਨ ਇਸ ਤੋਂ ਬਾਅਦ ਬੱਚੋ ਬੱਚੇ ਦਾ ਨਾਮ ਸੰਸਕਾਰ ਦੀ ਰਸਮ ਹੁੰਦੀ ਹੈ ਪੰਜਾਬ ਵਿੱਚ ਨਾਮ ਰੱਖਣ ਵਾਸਤੇ ਕੋਈ ਖਾਸ ਨਾਮ ਸੰਸਕਾਰ ਨਹੀਂ ਕੀਤੇ ਜਾਂਦੇ ਕਈ ਵਾਰੀ ਭਾਈ ਜਿਹੜਾ ਨਾਮ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੇ ਆਪਣੇ ਧਰਮ ਗ੍ਰੰਥ ਦਾ ਕੋਈ ਪੰਨਾ ਗ੍ਰੰਥੀ ਮੌਲਵੀ ਜਾਂ ਪੰਡਤ ਤੋਂ ਖੁਲਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਹੀ ਨਾਮ ਰੱਖ ਲਿਆ ਜਾਂਦਾ ਹੈ ਇਸ ਤੋਂ ਬਾਅਦ ਬੱਚੋ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਮੁੰਡਨ ਸੰਸਕਾਰ ਕੀਤੇ ਜਾਂਦੇ ਹਨ Hindu ਘਰਾਂ ਵਿੱਚ ਮੁੰਡਨ ਸੰਸਕਾਰ ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ ਆਮ ਕਰਕੇ ਇਹ ਸੰਸਕਾਰ ਅਜਿਹੇ ਸੰਸਥਾਨ ਅਜਿਹੇ ਥਾਨਾਂ ਉੱਤੇ ਕੀਤਾ ਜਾਂਦਾ ਹੈ ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁਖ ਸੁਖੀ ਹੋਵੇ ਜਦੋਂ ਜਵਾਨ ਹੋਣ ਤੇ Hindu ਜਨਉਪ ਪਾਉਂਦੇ ਹਨ ਤੇ ਸਿੱਖ ਅੰਮ੍ਰਿਤ ਛਕਾਉਂਦੇ ਹਨ ਪਰ ਇਹ ਸਾਰੇ ਚਾ ਮਲਾਰ ਤੇ ਰਸਮਾਂ ਰਿਵਾਜਾਂ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਸਨ ਤੇ ਜੰਮਦੇ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿੱਗ ਪੈਂਦਾ ਸੀ ਨਾ ਕੋਈ ਵਧਾਈ ਦਿੰਦਾ ਤੇ ਨਾ ਕੋਈ ਲੱਡੂ ਵੰਡੇ ਜਾਂਦੇ ਧੀਆਂ ਦਾ ਨਾਮਕਰਨ ਸੰਸਕਾਰ ਵੀ ਨਹੀਂ ਹੁੰਦਾ ਸੀ ਕੰਨ ਵਿੰਦ ਸੰਸਕਾਰ ਵੀ ਨਾਮਾਤਰ ਹੀ ਕੀਤਾ ਜਾਂਦਾ ਸੀ ਕੋਈ ਬੰਗਾਰਾ ਬੰਗਾ ਚੜਾਉਣ ਆਵੇ ਤਾਂ ਕੰਨ ਵਿੰਦ ਜਾਂਦਾ ਸੀ ਕੁੜੀਆਂ ਇਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦਵਾਨੀ-ਜਵਾਨੀ ਲੈ ਕੇ ਦੇ ਦਿੰਦੀਆਂ ਸਨ ਪਰ ਅੱਜ ਕੱਲ ਇਹ ਰਿਵਾਜ ਜਿਹੜੇ ਹੈ ਉਹ ਬਹੁਤ ਬਦਲ ਚੁੱਕੇ ਹਨ ਕੁੜੀਆਂ ਨੂੰ ਵੀ ਹੁਣ ਓਨਾ ਹੀ ਮਾਨ ਸਨਮਾਨ ਪ੍ਰਾਪਤ ਹੈ ਜਿੰਨਾ ਕਿ ਮੁੰਡਿਆਂ ਨੂੰ ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ ਪਹਿਲਾਂ ਰੋਕਣ ਜਾਂ ਠਾਕਣ ਦੀ ਰਸਮ ਹੁੰਦੀ ਹੈ ਕੁੜੇ ਵਾਲੇ 나ਈ ਦੇ ਹੱਥ ਮੁੰਡੇ ਨੂੰ 1 ਰੁਪਇਆ ਭੇਜ ਦਿੰਦੇ ਹਨ ਤੇ ਨਾਤਾ ਪੱਕਾ ਕਰ ਦਿੰਦੇ ਸਨ ਇਸ ਪਿੱਛੋਂ ਕੁੜਮਾਈ ਜਾਂ ਸਗਾਈ ਦੀ ਰਸਮ ਹੁੰਦੀ ਹੈ ਕੁੜੇ ਵਾਲੇ 나ਈ ਦੇ ਹੱਥ ਥਮਣੀ ਰੁਪਈਆ ਪੰਜ ਮਿਸ਼ਰੀ ਦੇ ਕੂਜੇ ਪੰਜ ਛoare ਕੇਸਰ ਆਦੀ ਦੇ ਕੇ ਮੁੰਡੇ ਦੇ ਘਰ ਕੱਲ ਦਿੰਦੇ ਸਨ ਮੁੰਡੇ ਵਾਲਿਆਂ ਦੇ ਘਰ ਰਿਸ਼ਤੇਦਾਰ ਤੇ ਸ਼ਰੀਕੇ ਦੇ ਬੰਦੇ ਇਕੱਠੇ ਹੁੰਦੇ ਸਨ ਤੇ ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੌਂਕੀ ਤੇ ਬਿਠਾ ਕੇ 나ਈ ਆਪਣੇ ਨਾਲ ਲਿਆਂਦੀਆਂ ਚੀਜ਼ਾਂ ਉਸ ਦੀ ਝੋਲੀ ਪਾ ਦਿੰਦਾ ਸੀ ਤੇ ਉਸ ਦੇ ਮੱਥੇ ਉੱਤੇ ਕੇਸਰ ਦਾ ਟਿੱਕਾ ਲਾ ਦਿੰਦਾ ਜਾਂਦਾ ਸੀ ਕੁੜੀ ਦਾ ਬਾਪ ਜਾ ਵਿੱਚੋਲਾ ਪੱਲੇ ਵਿੱਚ ਇੱਕ ਛੁਆਰਾ ਤੇ ਮਿਸ਼ਰੀ ਮੁੰਡੇ ਦੇ ਮੂੰਹ ਨੂੰ ਪਾ ਦਿੰਦਾ ਸੀ। ਬਾਕੀ ਛੁਆਰੇ ਮੁੰਡੇ ਦੇ ਅਜੇਹੇ ਹਾਣੀਆਂ ਨੂੰ ਦੇ ਦਿੱਤੇ ਜਾਂਦੇ ਸਨ ਜਿਨ੍ਹਾਂ ਦੀ ਛੇਤੀ ਹੀ ਕੁੜਮਾਈ ਹੋਣ ਦੀ ਆਸ ਹੁੰਦੀ ਹੈ। ਭਾਈਚਾਰੇ ਦੀਆਂ ਇਸਤਰੀਆਂ ਇੱਕ ਇੱਕ ਰੁਪਿਆ ਤੇ ਥੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਹਨ। ਮੁੰਡੇ ਦਾ ਮਾਮਾ ਉਸ ਨੂੰ ਸਹਾਰਾ ਦੇ ਕੇ ਚੌਂਕੀ ਤੋਂ ਉਤਾਰਦਾ ਹੈ। 나ਈ ਨੂੰ ਲਾਗਤ ਖਰਚਾ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ। ਮੁੰਡੇ ਵਾਲੇ ਕੁੜਮਾਈ ਤੋਂ ਬਾਅਦ ਕੁੜੀ ਦੀ ਕੜਮਾਈ ਦੀ ਰਸਮ ਕਰਦੇ ਹਨ ਮੁੰਡੇ ਵਾਲਿਆਂ ਦੇ ਕੋਲ ਮੰਗੇਤਰ ਕੁੜੀ ਲਈ ਸੂਟ ਜੁੱਤੀ ਗਹਿਣਾ ਲਾਲ ਬਰੰਦੀ ਮੋਲੀ ਮਹਿੰਦੀ ਖੰਡ ਚੌਲ ਸੁਹਾਰੇ ਤੇ ਨਗਦੀ ਆਦੀ ਕਲਦੇ ਹਨ ਕੁੜੀ ਆਪਣੇ ਘਰ ਨਾ ਤੋ ਕੇ ਜੁੱਤੀ ਕੱਪੜੇ ਤੇ ਲਾਲ ਬਰੰਦੀ ਪਹਿਨ ਕੇ ਚੜ੍ਹਦੇ ਵਾਲਾ ਮੂੰਹ ਕਰਕੇ ਪੀੜੇ ਉੱਤੇ ਬੈਠ ਜਾਂਦੀ ਹੈ ਨੈਣ ਸਹਰਿਆਂ ਵੱਲੋਂ ਭੇਜੀ ਹੋਈ ਨਗਦੀ ਨੂੰ ਉਸ ਦੀ ਚੋਲੀ ਪਾ ਦਿੰਦੀ ਹੈ ਤੇ ਖੰਡ ਤੇ ਛਵਾਰਾ ਉਸ ਦੇ ਮੂੰਹ ਨੂੰ ਲਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਉਸ ਦੀ ਕੁੜਮਾਈ ਵੀ ਹੋ ਜਾਂਦੀ ਹੈ ਲਾਲ ਪ੍ਰੰਧ ਦੀ ਇਸ ਦੀ ਨਿਸ਼ਾਨੀ ਹੁੰਦੀ ਹੈ ਕਿ ਉਸ ਦੀ ਕੁੜਮਾਈ ਹੋ ਗਈ ਹੈ ਇਸ ਨੂੰ ਕੁੜੀ ਉਹਨਾਂ ਚਿਰ ਨਹੀਂ ਲਾਂਦੀ ਜਿੰਨਾ ਚਿਰ ਕੀ ਇਹ ਟੁੱਟ ਨਹੀਂ ਜਾਂਦੀ ਸਹਰਿਆਂ ਵੱਲੋਂ ਅੰਦੇ ਚੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲੀਆਂ ਨੂੰ ਖਵਾਏ ਜਾਂਦੇ ਹਨ ਤੇ ਥੋੜੇ ਜਿਹੇ ਚੌਲ ਪਾਈਚਾਰੇ ਵਿੱਚ ਵੀ ਵੰਡ ਦਿੱਤੇ ਜਾਂਦੇ ਹਨ ਇਸ ਤੋਂ ਬਾਅਦ ਸਾਹੇ ਚਿੱਠੀ ਭੇਜੀ ਜਾਂਦੀ ਹੈ ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿਥ ਤੇ ਕੜੀ ਵਿਆਹ ਲਈ ਨਿਯਤ ਕੀਤੀ ਜਾਂਦੀ ਹੈ ਇਸ ਨੂੰ ਸਾਹ ਕਡਾਉਣਾ ਆਖਦੇ ਹਨ ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜੇ ਦਿਨ ਰਹਿ ਜਾਂਦੇ ਹਨ ਤਾਂ ਕੁੜੀ ਵਾਲੇ ਸਾਹੇ ਚਿੱਠੀ ਜਾਂ ਲਗਨ ਲਿਖਾਉਂਦੇ ਹਨ ਚਿੱਠੀ ਨੂੰ ਦੁੱਬ ਵਿਚੋਲ ਹਲਦੀ ਥਾਮਣੀ ਅਤੇ ਇਸ ਕੁਝ ਹੋਰ ਚੀਜ਼ਾਂ ਵਿੱਚ ਲਪੇਟ ਕੇ 나ਈ ਪੰਡਤ ਜਾਂ ਵਿਚੋਲੇ ਦੇ ਹੱਥ ਭੇਜ ਦਿੱਤੀ ਜਾਂਦੀ ਹੈ ਇਹ ਚਿੱਠੀ ਪੰਚਾਇਤ ਅਤੇ ਮੁੰਡਾ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਪੜ੍ਹੀ ਜਾਂਦੀ ਹੈ 나ਈ ਜਾਂ ਪੁਜਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਸਾਹੇ ਚਿੱਠੀ ਵਿੱਚੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਕੁੜੇ ਵਾਲੇ ਪਾਈਚਾਰੇ ਵਿੱਚ ਮੋਲੀ ਜਾਂ ਰੂਹ ਕਤਨ ਦੀ ਪਹਿਣ ਵਾਲੀ ਦਾਣੇ ਵੰਡ ਦਿੰਦੇ ਹਨ ਕੁੜੀ ਦਾ ਵਿਆਹ ਸਾਰੇ ਪਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ ਤੇ ਇਸ ਤੋਂ ਪਿੱਛੋਂ ਸਾਰੇ ਪਿੰਡ ਦੇ ਜੋ ਹਿੱਸਾ ਪਾਉਣਾ ਚਾਹੁੰਦੇ ਹਨ ਪਾ ਸਕਦੇ ਹਨ ਮੁੰਡੇ ਦੇ ਘਰ ਦੀ ਵਰੀ ਆਦੀ ਦੀ ਤਿਆਰੀ ਆਰੰਭ ਹੋ ਜਾਂਦੀ ਹੈ ਜਿਸ ਦਿਨ ਤੋਂ ਸ਼ਗਨ ਭੇਜ ਦਿੱਤਾ ਜਾਂਦਾ ਹੈ ਕੁੜੀ ਜਾਂ ਮੁੰਡੇ ਨੂੰ ਬਾਹਰ ਨਹੀਂ ਨਿਕਲਿਆ ਜਾਂਦਾ ਨਿਕਲਣ ਦਿੱਤਾ ਜਾਂਦਾ ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨਾ ਕਰ ਦਿੱਤਾ ਜਾਂਦਾ ਹੈ ਇਸ ਨੂੰ ਸਾਹੇ ਲੱਤ ਬੰਨਣਾ ਜਾਂ ਥੜੇ ਬਾਣਾ ਆਖਦੇ ਹਨ ਇਸ ਤੋਂ ਪਿੱਛੋਂ ਸਤ ਸਹਤ ਹਾਗਣਾ ਇਸਤਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਗੁੜ ਆਦੀ ਦਿੱਤਾ ਜਾਂਦਾ ਹੈ ਤੇ ਸੱਤੇ ਵਿਆਹ ਦੇ ਹਰ ਕੰਮ ਵਿੱਚ ਇਕੱਠੀਆਂ ਹੁੰਦੀਆਂ ਹਨ ਫਿਰ ਹੈ ਕੜਾਈ ਚੜਾਣ ਦੀ ਰਸਮ ਸੱਤ ਜਾਂ 9 ਦਿਨ ਪਹਿਲਾਂ ਕੜਾਈ ਚੜਾਈ ਜਾਂਦੀ ਹੈ ਵਿਆਨੜ ਦੀ ਮਾਂ ਇਸ ਕੜਾਈ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਨੂੰ ਵਿਆਹ ਦਾ ਦਿਨ ਦੱਸਉਂਦੀ ਹੈ ਉਹ ਨਾਨਕੀ ਛੱਕ ਦੀ ਤਿਆਰੀ ਕਰਨ ਲੱਗਦੇ ਹਨ ਵਿਆਹ ਤੋਂ ਪਹਿਲਾ ਵੱਡੀ ਰਸਮ ਕੇਵਲ ਵਟਣੇ ਜਾਂ ਮਾਈਏ ਨਹੀਂ ਹੁੰਦੀ ਹੈ ਮੁੰਡੇ ਜਾਂ ਕੁੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਜਾਂ ਚੰਦੋਆ ਤਾਣ ਕੇ ਖੜੀਆਂ ਹੋ ਜਾਂਦੀਆਂ ਹਨ ਇੱਕ ਠੋਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਜਾਂਦਾ ਹੈ ਤੇ ਘਾ ਦੀ ਗੁੱਟੀ ਨਾਲ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲਾਂ ਦੀ ਲਿੱਟ ਨੂੰ ਲਾਇਆ ਜਾਂਦਾ ਹੈ ਇਸ ਤੋਂ ਪਿੱਛੋਂ ਇਹ ਹੱਥਾਂ ਪੈਰਾਂ ਤੇ ਚਿਹਰੇ ਤੇ ਦਬ ਦਬ ਕੇ ਮਲਿਆ ਜਾਂਦਾ ਹੈ ਤੇ ਵਿਆਹ ਦੇ ਦਿਨ ਤੱਕ ਲੱਗਦਾ ਰਹਿੰਦਾ ਹੈ ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਵੱਡਾ ਮੇਲ ਨਾਨਕਿਆਂ ਦਾ ਹੁੰਦਾ ਹੈ ਜਿਹੜੇ ਆਪਣੀ ਦੋਤਰੀ ਜਾਂ ਦੋਤਰੇ ਲਈ ਗਹਿਣੇ ਬਿਸਤਰੇ ਪਲੰਗ ਬਰਤਨ ਤੇ ਕਪੜੇ ਲੀੜੇ ਆਦਿ ਲੈ ਕੇ ਆਉਂਦੇ ਹਨ ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜਫੜਿਆ ਹੁੰਦਾ ਹੈ ਬਾਕੀ ਮੇਲ ਚੌਲ ਕਰਦਾ ਤੇ ਬੰਬੀਹਾ ਬੁਲਾਉਂਦਾ ਪਿੰਡ ਦੀ ਜੋਹ ਵਿੱਚ ਵੜਦਾ ਹੈ ਵਿਆਨੜ ਦੀ ਮਾਂ ਆਪਣੇ ਭਰਾ ਪਰਜਾਈ ਦੇ ਸਵਾਗਤ ਦੀ ਉਡੀਕ ਕਰ ਰਹੀ ਹੁੰਦੀ ਹੈ ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਦੇ ਆਖਰੀ ਵਟਨਾ ਮਲ ਕੇ ਨਹਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੋਸ਼ਾਕ ਪਹਿਨਾਈ ਜਾਂਦੀ ਹੈ ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋਰ ਮੁਕਟ ਜਾਂ ਮੱਥੇ ਤੇ ਸੇਰਾ ਬਣ ਦਿੱਤਾ ਜਾਂਦਾ ਹੈ ਸਰਬਾਲੇ ਨੂੰ ਵੀ ਇਸੇ ਤਰ੍ਹਾਂ ਹੀ ਨਹਾ ਕੇ ਸੇਰਾ ਬੰਨਿਆ ਜਾਂਦਾ ਹੈ ਇਸ ਤੋਂ ਮਗਰੋਂ ਕੋੜੀ ਦੀ ਰੀਤ ਹੁੰਦੀ ਹੈ ਕੋੜੀ ਚੜਨ ਤੋਂ ਪਹਿਲਾਂ ਮੁੰਡੇ ਨੂੰ ਉਸ ਦੀ ਪਰਜਾਈ ਸੁਰਮਾ ਪਾ ਕੇ ਸੁਰਮਾ ਪੁਆਈ ਲੰਦੀ ਹੈ ਇਸ ਤੋਂ ਮਗਰੋਂ ਉਸ ਦੀ ਭੈਣ ਵਾਗ ਫੜਦੀ ਹੈ ਮੁੰਡੇ ਦੀ ਮਾਂ ਤੇ ਹੋਰ ਸ਼ਰੀਕਣੀਆਂ ਸਲਾਮੀਆਂ ਬੰਦੀਆਂ ਹਨ ਅਤੇ ਫਿਰ ਉਸ ਨੂੰ ਮੋਟਰ ਰੱਥ ਆਦੀ ਵਿੱਚ ਬਿਠਾ ਕੇ ਵਿਹਣ ਲਈ ਲੈ ਕੇ ਜਾਇਆ ਜਾਂਦਾ ਹੈ ਕੋੜੀ ਉਤੇ ਉਤਾਰਨ ਤੋਂ ਪਹਿਲਾਂ ਉਹ ਵਾਗ ਫੜਨ ਲਈ ਪੈਣਾਂ ਨੂੰ ਵਾਗ ਫੜਾਈ ਵੀ ਦਿੰਦੀਆਂ ਹਨ ਤੇ ਖੁਸ਼ੀ ਵਿੱਚ ਰੁਪਏ ਵੰਡਦੀਆਂ ਕੋੜੀ ਚੜਾ ਦਿੱਤਾ ਜਾਂਦਾ ਹੈ ਜਦ ਜੰਜ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਲਈ ਖੜੀ ਹੁੰਦੀ ਹੈ ਪਿੰਡ ਦੇ ਦਰਵਾਜ਼ੇ ਉੱਤੇ ਜਾ ਡੇਰੇ ਵਿੱਚ ਪਹੁੰਚਣ ਤੇ ਮਿਲਣੀ ਹੁੰਦੀ ਹੈ ਮਿਲਣੀ ਤੋਂ ਪਿਛੋਂ ਜੰਜ ਡੇਰੇ ਪਹੁੰਚ ਜਾਂਦੀ ਹੈ ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ ਜਾਂਜੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਠਿਆਈ ਤੇ ਰੁਪਏ ਸਮੇਤ ਪੱਤਲਾ ਭੇਜ ਕੇ ਉਸ ਦਾ ਮਾਨ ਸਤਕਾਰ ਵੀ ਕੀਤਾ ਜਾਂਦਾ ਹੈ ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਰਸਮ ਹੈ ਕੁੜੀ ਨੂੰ ਉਸ ਦਾ ਮਾਮਾ ਖਾਰਿਆਂ ਤੋਂ ਚੁੱਕ ਕੇ ਪੰਦਰ ਬਿਠਾ ਦਿੰਦਾ ਹੈ ਇੱਥੇ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸ਼ਰੀ ਜਾਂ ਦੁੱਧ ਦਿੰਦੀ ਹੈ ਸਿੱਖਾਂ ਵਿੱਚ ਆਨੰਦ ਕਾਰਜ ਦੀ ਰੀਤ ਕਰਨ ਲਈ ਹਵਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਫਿਰ ਸੁਹਾਗ ਜੋੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਹਰ ਲਾਮ ਤੇ ਪਾਠ ਮਗਰੋਂ ਇੱਕ ਫੇਰਾ ਲੈਂਦੀ ਹੈ ਤੇ ਚਾਰ ਲਾਮਾਂ ਨਾਲ ਚਾਰ ਚੁਫੇਰੇ ਪੂਰੇ ਕਰਦੀ ਹੈ ਇਸ ਪਿੱਛੋਂ ਭੋਗ ਪਾ ਦਿੱਤਾ ਜਾਂਦਾ ਹੈ ਆਨੰਦ ਕਾਰਜ ਜਾਂ ਲਗਨ ਫੇਰਿਆਂ ਨਾਲ ਅਸਲੀ ਕਾਰਜ ਸਮਾਪਤ ਹੋ ਜਾਂਦਾ ਹੈ ਇਸ ਤੋਂ ਬਾਅਦ ਵਰੀ ਦੀ ਖੱਟ ਵਿਛਾਈ ਜਾਂਦੀ ਹੈ ਵਰੀ ਦੀ ਖੱਟ ਵਿਛਾਣੀ ਵਿੱਚ ਜੋ ਕੁਝ ਵੀ ਕੁੜੀ ਵਾਲੇ ਆਪਣੀ ਕੁੜੀ ਨੂੰ ਦਿੰਦੇ ਹਨ ਉਹ ਸਭ ਸਮਾਜ ਨੂੰ ਵਿਖਾਇਆ ਜਾਂਦਾ ਹੈ ਜਨ ਜੀ ਜਿਹੜੀ ਵਰੀ ਲੈ ਕੇ ਆਏ ਹੋਣ ਥਾਲੀਆਂ ਟੋਕਰੀਆਂ ਵਿੱਚ ਖਿਲਾਰ ਕੇ ਬੰਦ ਦੇ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ ਤੇ ਸਾਰੇ ਭਾਈਚਾਰੇ ਨੂੰ ਵਿਖਾਉਂਦੇ ਹਨ ਵਰੀ ਬੱਚੋ ਕੁੜੀ ਵਾਸਤੇ ਮੁੰਡੇ ਵਾਲੇ ਲੱਕ ਕੇ ਆਉਂਦੇ ਹਨ ਤੇ ਸਾਰੇ ਸਮਾਜ ਨੂੰ ਵਿਖਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਜੰਜ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਖੱਟ ਵਿਖਾਉਂਦੇ ਹਨ ਇਸ ਵਿੱਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਆਪਣੀ ਧੀ ਨੂੰ ਦਿੰਦੇ ਹਨ ਇਸ ਪਿੱਛੋਂ ਜੰਜ ਤਾਂ ਚਲੀ ਜਾਂਦੀ ਹੈ ਪਰ ਮੁੰਡਾ ਤੇ ਉਸ ਦਾ ਸਰਬਾਲਾ ਬੈਠਾ ਰਹਿੰਦਾ ਹੈ ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ ਕੁੜੀਆਂ ਟੀਚਰਾਂ ਕਰਦੀਆਂ ਹਨ ਤੇ ਉਸ ਤੋਂ ਛੰਦ ਸੁਣਦੀਆਂ ਹਨ ਇਸ ਤੋਂ ਪਿੱਛੋਂ ਜੰਜ ਵਿਦਾ ਹੋ ਜਾਂਦੀ ਹੈ ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ ਘਰ ਲਾਂਦੇ ਨੂੰ ਡੋਲੇ ਵਿੱਚ ਪਾ ਦਿੰਦਾ ਹੈ ਤੇ ਕੁੜੀ ਆਪਣੇ ਘਰ ਪਹੁੰਚ ਜਾਂਦੀ ਹੈ ਮੁੰਡੇ ਦੇ ਘਰ ਉੱਤੇ ਮੁੰਡੇ ਦੀ ਮਾਂ ਪਹੁੰਚਨ ਤੇ ਦੀਵਾ ਲੱਕ ਕੇ ਨੌ ਬੁੱਤ ਨੂੰ ਲੈਣ ਆਉਂਦੀ ਹੈ ਦਰਵਾਜ਼ੇ ਉੱਤੇ ਉਹ ਪਾਣੀ ਨਾਲ ਵਾਰਨੇ ਕਰਦੀ ਹੈ ਸੱਤ ਵਾਰੀ ਪਾਣੀ ਮੋਹ ਨੂੰ ਲਾਂਦੀ ਹੈ ਮੁੰਡਾ ਉਸ ਨੂੰ ਰੋਕਦਾ ਹੈ ਸੱਤਵੀਂ ਵਾਰੀ ਤਾਂ ਉਸ ਦੀਆਂ ਦਰਾਨੀਆਂ ਜਠਾਣੀਆਂ ਉਸ ਨੂੰ ਉਹ ਪਾਣੀ ਬਿਲਕੁਲ ਹੀ ਨਹੀਂ ਪੀਣ ਦਿੰਦੀਆਂ ਇਸ ਤੋਂ ਪਿੱਛੋਂ ਵੋਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਤੇ ਮੂੰਹ ਵਿਖਾਈ ਦਿੰਦੀਆਂ ਹਨ ਦੂਜੇ ਦਿਨ ਸਵੇਰੇ ਲਾੜਾ ਤੇ ਵੋਟੀ ਪਿਤਰਾਂ ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ ਹਨ ਤੇ ਕਈ ਥਾਵਾਂ ਤੇ ਇਸ ਸਮੇਂ ਛਟੀਆਂ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵੋਟੀ ਇੱਕ ਦੂਜੇ ਦੇ ਸੱਤ-ਸੱਤ ਛਟੀਆਂ ਮਾਰਦੇ ਹਨ। ਇਸ ਸਮੇਂ ਉਹ ਕੰਗਨਾ ਵੀ ਖੋਲਦੇ ਹਨ। ਤੀਜੇ ਦਿਨ ਵੋਟੀ ਨੂੰ ਤੋਹਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਣਾਨ ਪੇਟੀ ਖੋਲਦੀ ਹੈ ਤੇ ਉਸ ਨੂੰ ਪੇਟੀ ਦੇ ਵਿੱਚੋਂ ਮਨਪੰਦਾ ਸੂਟ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਹਨ ਬੱਚਿਓ ਵਿਆਹ ਦੇ ਨਾਲ ਸੰਬੰਧਿਤ ਰਸਮ ਰਿਵਾਜ ਮਨੁੱਖ ਦਾ ਆਖਰੀ ਪੜਾਵ ਕੀ ਹੈ ਮੌਤ ਦੀਆਂ ਰਸਮਾਂ ਮੌਤ ਦੇ ਨਾਲ ਸੰਬੰਧਿਤ ਰਸਮਾਂ ਦੇ ਬਾਰੇ ਵੀ ਇਸ ਲੇਖ ਦੇ ਵਿੱਚ ਦੱਸਿਆ ਗਿਆ ਹੈ ਕਿ ਮੌਤ ਦੀਆਂ ਰਸਮਾਂ ਮਨੁੱਖ ਦਾ ਆਖਰੀ ਪੜਾਵ ਦੇ ਵਿੱਚ ਕੀਤੀਆਂ ਜਾਂਦੀਆਂ ਹਨ ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤੇਵੀਆਂ ਘਰ ਵਿੱਚ ਵੈਣ ਪਾਉਣ ਲੱਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੋਹੜੇ ਵਿਛਾ ਕੇ ਬੈਠ ਜਾਂਦੇ ਹਨ ਤੇ ਉਸ ਦੇ ਚੰਗੇ ਗੁਣਾਂ ਨੂੰ ਯਾਦ ਕਰਦੇ ਹਨ ਫਿਰ ਅਮ੍ਰਿਤਕ ਦੀ ਦੇ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ ਜੇ ਸੁਹਾਗਣ ਔਰਤ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ ਹੱਥਾਂ ਪੈਰਾਂ ਨੂੰ ਮਹਿੰਦੀ ਲਾ ਕੇ ਹੋਠਾਂ ਨੂੰ ਦੰਦਾਸਾ ਅੱਖਾਂ ਵਿੱਚ ਸੁਰਮਾ ਵੀਣੀ ਉਤੇ ਚੂੜੀਆਂ ਤੇ ਮੱਥੇ ਉਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ ਅਰਥੀ ਵਾਸਤੇ ਬਾਸ ਜਾਂ 베ਰੀ ਦੀ ਲੱਕੜੀ ਵਰਤੀ ਜਾਂਦੀ ਹੈ। ਕਿੱਲਾਂ ਦੀ ਥਾਂ ਮੁੰਜ ਦੀਆਂ, ਮੁੰਜਾ ਦੀ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬੰਨਿਆ ਜਾਂਦਾ ਹੈ। ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਕੰਦਾ ਦਿੰਦੇ ਹਨ, ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ। ਘਰੋਂ ਤੁਰਨ ਸਮੇਂ ਰਸਮੀ ਤੌਰ ਤੇ ਉਸ ਦੇ ਮ੍ਰਿਤਕ ਦੇ ਤੋਂ ਪੈਸੇ ਵਾਰ ਕੇ ਉਸ ਦਾ ਪਾੜਾ ਜਾਂ ਕਿਰਾਇਆ ਉਤਾਰ ਦਿੱਤਾ ਜਾਂਦਾ ਹੈ। ਅਦਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਅਰਥੀ ਲਾ ਕੇ ਚਿਖਾ ਵਾਸਤੇ ਲੱਕੜੀ ਚਿੰਨ ਲਈ ਜਾਂਦੀ ਹੈ ਫਿਰ ਮ੍ਰਿਤਕ ਨੂੰ ਚਿਖਾ ਉਤੇ ਲਟਾ ਦਿੱਤਾ ਜਾਂਦਾ ਹੈ ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲੰਬੂ ਲੈ ਕੇ ਸੱਜੋਂ ਖੱਬੇ ਇੱਕ ਗੇੜਾ ਚਿਖਾ ਦੇ ਦਵਾਲੇ ਕੱਢਦਾ ਹੈ ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲੰਬੂ ਲਾ ਦਿੰਦਾ ਹੈ। ਅਗ ਲਗ ਜਗਨ ਤੋਂ ਬਾਅਦ ਅਰਥੀ ਨਾਲ ਆਏ ਆਦਮੀ ਜਰਾ ਦੂਰ ਖਲੋ ਜਾਂਦੇ ਹਨ ਜਦ ਚਿਖਾ ਜਲ ਕੇ ਮੁਰਦੇ ਦੀ ਖੋਪੜੀ ਵਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪੜੀ ਨੂੰ ਹਲਾਉਂਦਾ ਹੈ ਉਸ ਨੂੰ ਠੋਕਰ ਮਾਰਦਾ ਹੈ ਇਸ ਨੂੰ ਕਪਾਲ ਕਿਰਿਆ ਦੀ ਰਸਮ ਕਿਹਾ ਜਾਂਦਾ ਹੈ ਅਤੇ ਹੱਥਲਾ ਡੰਡਾ ਚਿਖਾ ਦੇ ਉੱਪਰੋਂ Laash ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ ਇਸ ਪਿੱਛੋਂ ਅਰਥੇ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਨੂੰ ਚਿਖਾ ਉੱਤੇ ਸੁੱਟਦੇ ਹਨ ਤੇ ਫਿਰ ਬਿਨਾਂ ਪਿਛਾਂ ਦੇਖਿਆਂ ਵਾਪਸ ਤੁਰ ਪੈਂਦੇ ਹਨ ਇਸ ਸਮੇਂ ਮ੍ਰਿਤਕ ਨਾਲੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਤੋੜਦੇ ਹਨ ਤੇ ਕਈ ਡੰਡਾ ਕਈ ਨਿੰਮ ਦੀ ਪੱਤੀ ਚਬਾਉਂਦੇ ਹਨ ਤੇ ਕਈ ਉਸੇ ਤਰ੍ਹਾਂ ਹੀ ਉਸ ਤੋਂ ਸੰਸਕਾਰ ਕਰਕੇ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲ ਜਾਂਦੇ ਹਨ ਰਸਤੇ ਵਿੱਚ ਸਾਰੇ ਲੋਕ ਕਿਸੇ ਖੂਹ ਟੋਬੇ ਜਾਂ ਛੱਪੜ ਉਤੇ ਇਸ਼ਨਾਨ ਕਰਦੇ ਹਨ ਜਾਂ ਹੱਥ ਮੂੰਹ ਹੀ ਧੋਲਣਦੇ ਹਨ ਤੀਜੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ ਉਹਨਾਂ ਨੂੰ ਹਰਦوار ਜਾਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਚੌਥੇ ਦੀ ਰਸਮ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਕੁਝ ਦਿਨ ਤੱਕ ਮਕਾਣਾ ਆਂਦੀਆਂ ਹਨ ਕਿਰਿਆ ਦੇ ਦਿਨ ਤੱਕ ਦਸਤਾਰਬੰਦੀ ਕੀਤੀ ਜਾਂਦੀ ਹੈ ਭਾਈਚਾਰੇ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ ਤੇ ਆਪਣੇ ਪਿਤਾ ਦਾ ਵਾਰਿਸ ਬਣ ਜਾਂਦਾ ਹੈ ਇਸ ਤਰ੍ਹਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਕਿ ਹੁਣ ਜਿਹੜਾ ਜਾਣ ਵਾਲਾ ਹੈ ਉਸ ਤੋਂ ਬਾਅਦ ਜੋ ਉਸ ਦੇ ਜਿਮੇਵਾਰੀਆਂ ਸਨ ਉਹ ਵੱਡੇ ਪੁੱਤਰ ਦੇ ਸਿਰ ਆ ਗਈਆਂ ਇਸ ਲਈ ਇਸ ਨੂੰ ਪਗੜੀ ਦੀ ਰਸਮ ਵੀ ਕਿਹਾ ਜਾਂਦਾ ਹੈ ਮੁ슬ਮਾਨ ਭਾਈਚਾਰੇ ਦੀਆਂ ਰਸਮਾਂ ਕੁਝ ਫਰਕ ਹੁੰਦੀਆਂ ਹਨ ਮੁਸਲਮਾਨਾਂ ਦੀਆਂ ਰਸਮਾਂ ਵਿੱਚ ਹਿੰਦੂ ਸਿੱਖਾਂ ਨਾਲੋਂ ਦੋ ਵੱਡੇ ਫਰਕ ਇਹ ਹੀ ਹਨ ਕਿ ਉਹ ਅੰਮ੍ਰਿਤ ਪਾਨ ਤੇ ਜਨੇਊ ਦੀ ਥਾਂ ਸੁਨਨਤ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੀ ਦੇਹ ਨੂੰ ਦਫਨਾਉਂਦੇ ਹਨ ਇਸ ਤਰ੍ਹਾਂ ਬੱਚਿਓ ਅਸੀਂ ਦੇਖਦੇ ਹਾਂ ਕਿ ਇਸ ਸੰਸਾਰ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਇਸ ਸੰਸਾਰ ਤੋਂ ਜਾਣ ਤੱਕ ਦੀਆਂ ਰਸਮਾਂ ਜੜੀਆਂ ਹੈ ਉਹ ਕਿਸ ਤਰੀਕੇ ਨਾਲ ਸਾਡੇ ਇਸ ਸੰਸਾਰ ਵਿੱਚ ਕੀਤੀਆਂ ਜਾਂਦੀਆਂ ਹਨ ਇਹ ਇਸ ਪਾਠ ਦੀ ਇਸ ਲੇਖ ਦਾ ਮੈਨ ਮੁद्दा ਸੀ ਹੁਣ ਇਸ ਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਜਿਹੜੇ ਪ੍ਰਸ਼ਨ ਉੱਤਰ ਆਉਂਦੇ ਹਨ ਉਹ ਸਾਰੇ ਇਸ ਦੇ ਵਿੱਚੋਂ ਹੀ ਨਿਕਲ ਆਨੇ ਹਨ ਕਿ ਰਸਮ ਰਿਵਾਜ ਜਿਹੜੇ ਉਹਨਾਂ ਦਾ ਮਹੱਤਵ ਕੀ ਹੈ ਇਹ ਕਿਸ ਤਰ੍ਹਾਂ ਪੈਦਾ ਹੋਏ ਵਿਆਹ ਨਾਲ ਸੰਬੰਧਿਤ ਜਨਮ ਨਾਲ ਜਾਂ ਮੌਤ ਨਾਲ ਕਿਸੇ ਵੀ ਤਰ੍ਹਾਂ ਦਾ ਕੁਸਚਨ ਜਿਹੜਾ ਹੈ ਉਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤਾਂ ਤੁਸੀਂ ਇਹਦੇ ਵਿੱਚੋਂ ਹੀ ਇਹਦੇ ਆਨਸਰ ਲਿਖ ਸਕਦੇ ਹੋ ਧੰਨਵਾਦ ਬੱਚਿਓ